ਤਾਂ ਇੱਕ ਮਾਂ ਨੇ ਆਪਣੇ ਆਪ ਨੂੰ ਕਿਡਨੈਪ ਕਰਵਾਇਆ ਹੈ। ਬਹੁਤ ਹੀ ਵੱਡੀ ਅਤੇ ਹੈਰਾਨ ਕਰਨ ਦੇਣ ਵਾਲੀ ਗੱਲ ਸਾਹਮਣੇ ਆ ਰਹੀ ਹੈ ਕਿ ਇੱਕ ਮਾਂ ਨੇ ਆਪਣੀ ਧੀ ਤੋਂ ਪੈਸੇ ਲੈਣ ਦੇ ਲਈ ਆਪਣੇ ਆਪ ਨੂੰ ਅਗਵਾ ਕਰਨ ਦਾ ਡਰਾਮਾ ਰਚਿਆ, ਆਪਣੇ ਬੰਦਿਆਂ ਦੇ ਕੋਲੋਂ ਪਾਕਿਸਤਾਨ ਦੇ ਨੰਬਰ ਤੋਂ ਕਾਲ ਕਰਵਾਇਆ। ਤੁਸੀਂ ਦੇਖ ਸਕਦੇ ਹੋ ਕਿ ਆਪਣੀ ਧੀ ਤੋਂ ਪੈਸੇ ਕਢਵਾਉਣ ਦੇ ਲਈ ਉਹ ਮਾਂ ਪਾਕਿਸਤਾਨ ਤੱਕ ਉਸਨੇ ਲਿੰਕ ਜੋੜ ਲਏ ਤਾਂ ਕਿ ਆਪਣੀ ਧੀ ਤੋਂ ਪੈਸੇ ਕਢਵਾ ਲਏ। ਦਰਅਸਲ ਇਹ ਵਿਧਵਾ ਔਰਤ ਹੈ ਜਿਹੜੀ ਕਿ ਆਪਣੀ ਧੀ ਦੇ ਘਰ ਹੀ ਰਹਿੰਦੀ ਸੀ। ਧੀ ਨੂੰ ਕਹਿ ਕੇ ਗਈ ਕਿ ਮੈਂ ਹੁਣੇ ਮੱਥਾ ਟੇਕ ਕੇ ਆਉਂਦੀ ਹਾਂ ਗੁਰੂ ਘਰ, ਅਤੇ ਬਾਅਦ ਦੇ ਵਿੱਚ ਥੋੜ੍ਹੀ ਦੇਰ ਬਾਅਦ ਧੀ ਨੂੰ ਕਾਲ ਆਉਂਦਾ ਹੈ ਕਿ ਉਹਨਾਂ ਦੀ ਮਾਂ ਨੂੰ ਅਗਵਾ ਕਰ ਲਿਆ ਗਿਆ ਹੈ, 30,000 ਰੁਪਏ ਦੀ ਫਰੌਤੀ ਦਿਓ ਤਾਂ ਤੁਹਾਡੀ ਮਾਂ ਨੂੰ ਛੱਡਾਂਗੇ। ਬਾਅਦ ਦੇ ਵਿੱਚ ਕੁੜੀ ਨੇ ਪੁਲਿਸ ਦੇ ਵਿੱਚ ਕੰਪਲੇਂਟ ਕਰਵਾਈ, ਪੁਲਿਸ ਨੇ ਛਾਣਬੀਨ ਕੀਤੀ ਤਾਂ ਪਤਾ ਚੱਲਿਆ ਕਿ ਮਾਂ ਨੇ ਆਪਣਾ ਕਿਡਨੈਪ ਆਪ ਹੀ ਕਰਵਾਇਆ ਸੀ। ਵਾਗਾ ਪੁਰਾਣਾ ਦੇ ਪਿੰਡ ਮਾੜੀ ਮੁਸਤਫਾ ਦੀ ਇਹ ਮਹਿਲਾ ਹੈ ਜਿਸ ਨੇ ਖੁਦ ਨੂੰ ਅਗਵਾ ਕਰਵਾਇਆ, ਸਾਜਿਸ਼ ਰਚੀ, ਆਪਣੀ ਹੀ ਬੇਟੀ ਤੋਂ ਮੰਗੀ 30,000 ਰੁਪਏ ਦੀ ਫਰੌਤੀ, ਤੇ ਉਸ ਤੋਂ ਬਾਅਦ ਮਹਿਲਾ ਅਤੇ ਉਸਦੇ ਹੁਣ ਸਾਥੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਨੇ। ਆਓ ਪੁਲਿਸ ਤੋਂ ਜਾਣਦੇ ਹਾਂ ਕਿ ਆਖਿਰਕਾਰ ਇਹ ਮਾਮਲਾ ਕੀ ਸੀ, ਕਿਉਂ ਇੱਕ ਮਾਂ ਆਪਣੀ ਬੇਟੀ ਦੇ ਕੋਲੋਂ ਪੈਸੇ ਮੰਗਣ ਲਈ ਝਿਜਕ ਰਹੀ ਸੀ, ਕੀ ਕੁੜੀ ਦੇ ਵੱਲੋਂ ਮਾਂ ਤੇ ਕੋਈ ਤਸ਼ੱਦਦ ਢਾਇਆ ਗਿਆ ਤਾਂ ਕਰਕੇ ਉਸਨੇ ਡਰਾਮਾ ਰਚਿਆ, ਜਾਂ ਫਿਰ ਗੱਲ ਕੋਈ ਹੋਰ ਹੈ, ਆਓ ਜਾਣਦੇ ਹਾਂ। ਸਾਡੇ ਮਾਨਯੋਗ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਅਤੇ ਸਾਡੇ ਐਸਐਸਪੀ ਸਾਹਿਬ, ਫਿਰੌਤੀ ਦੀ ਕੋਈ ਵੀ ਥ੍ਰੈਟ ਕਾਲ ਆਉਂਦੀ ਹੈ ਤਾਂ ਬਹੁਤ ਸੀਰੀਅਸਲੀ ਲੈਂਦੇ ਨੇ ਉਸ ਵਾਰੀ। ਇਸੇ ਕਰਕੇ ਜਦੋਂ ਇਸ ਮਾਮਲੇ ਬਾਰੇ ਵੀ ਸਾਨੂੰ ਪਤਾ ਲੱਗਿਆ, ਅਸੀਂ ਬਹੁਤ ਸੀਰੀਅਸਲੀ ਲਿਆ ਅਤੇ ਕੁਝ ਘੰਟਿਆਂ 'ਚ ਹੀ ਸੋਲਵ ਵੀ ਕਰ ਦਿੱਤਾ। ਇਹਦੇ 'ਚ ਬੇਸਿਕਲੀ ਗੱਲ ਇਹ ਸੀਗੀ ਕਿ ਰਾਜਵੀਰ ਨਾਂ ਦੀ ਇੱਕ ਲੇਡੀ ਜਿਹੜੀ ਕਿ ਕੰਮਿਆਣੇ ਦੀ ਰਹਿਣ ਵਾਲੀ ਹੈ, ਉਹਦੇ ਹਸਬੈਂਡ ਦੀ ਡੈਥ ਹੋਈ ਹੈ, ਉਹ ਆਪਣੀ ਬੇਟੀ ਕੋਲ ਉਹਦੇ ਬੇਟੀ ਦੇ ਘਰੇ ਰਹਿ ਰਹੀ ਸੀਗੀ ਮਾੜੀ ਮੁਸਤਫਾ ਦੇ ਵਿੱਚ। ਪਰਸੋਂ ਉਹ ਪੀਰ ਨਿਗਾਹੇ ਗਈ ਸੀਗੀ ਮੱਥਾ ਟੇਕਣ ਦੇ ਬਸ, ਉਸ ਤੋਂ ਬਾਅਦ ਉਹ ਆਪਣੇ ਆਪ ਹੀ ਚੜ੍ਹ ਕੇ ਗਈ ਸੀ, ਜਦੋਂ ਕਿ ਇਹਨਾਂ ਨੂੰ ਦੱਸਿਆ ਗਿਆ ਸੀ, ਪਰਿਵਾਰ ਨੂੰ ਇਹ ਦੱਸਿਆ ਗਿਆ ਸੀ ਕਿ ਕਾਰ 'ਤੇ ਮੈਨੂੰ ਤਿੰਨ ਚਾਰ ਬੰਦੇ ਚੱਕ ਕੇ ਲੈ ਗਏ। ਇਹੋ ਜਿਹੀ ਗੱਲ ਨਹੀਂ ਸੀ, ਆਪਣੇ ਆਪ ਗਈ ਸੀ ਕੇਵਲ ਸਿੰਘ ਦੇ ਘਰੇ ਗਈ ਸੀ। ਉੱਥੇ ਜਾ ਕੇ ਉਹਨੇ ਇਹ ਸ਼ੋਅ ਕੀਤਾ ਕਿ ਮੈਨੂੰ ਤਸ਼ੱਦਦ ਕਰ ਰਹੇ ਨੇ, ਜੇ ਤੁਸੀਂ ਪੈਸੇ ਨਹੀਂ ਦਿਓਗੇ ਜੋ 30,000 ਰੁਪਏ ਮੰਗ ਰਹੇ ਨੇ ਤਾਂ ਮੈਨੂੰ ਇਹ ਮਾਰ ਦੇਣਗੇ। ਇਹਦੇ 'ਚ ਇਹ ਜਿਹੜੀ 92 ਵਾਲਾ ਨੰਬਰ ਵਾਲਾ ਪਾਕਿਸਤਾਨ ਦਾ ਇੱਕ ਨੰਬਰ ਹੈ, ਉਹ ਤੋਂ ਕਾਲਾਂ ਆਈਆਂ ਸੀ। ਪਹਿਲਾਂ ਤਾਂ ਇਹਨੂੰ ਮਤਲਬ ਰਾਜਵੀਰ ਕੌਰ ਨੂੰ ਆਈਆਂ, ਫਿਰ ਇਹਨੂੰ ਕਾਲਾਂ ਉਹਨਾਂ ਨੂੰ ਆਈਆਂ, ਤੇ ਉਹ 92 ਵਾਲਾ ਹਜੇ ਬੰਦਾ ਟਰੇਸ ਕਰਨਾ ਬਾਕੀ ਹੈ ਇਹਦੇ 'ਚ। ਬਾਕੀ ਇਹਦੇ 'ਚ ਜਿਹਨੇ ਉਹਦੀ ਫੇਕ ਉਹ ਫਿਰੌਤੀ ਵਾਲੀ ਵਾਰਦਾਤ ਉਹਦੀਆਂ ਵੀਡੀਓਜ਼ ਬਾਲ ਖੁੱਲੇ ਦੀਆਂ ਜਾਂ ਉਹਨੂੰ ਇਹ ਦਿਖਾਇਆ ਜਾ ਰਿਹਾ ਸੀ ਤਸ਼ੱਦਦ ਹੋ ਰਿਹਾ, ਉਹ ਵਾਲੀਆਂ ਵੀਡੀਓਜ਼ ਜਿਹਨੇ ਬਣਾਈਆਂ ਸੀ, ਉਹ ਮੁੰਡਾ ਤੇ ਰਾਜਵੀਰ ਕੌਰ ਜਿਹਨੇ ਇਹ ਸਾਰਾ ਡਰਾਮਾ ਰਚਿਆ ਸੀ, ਉਹ ਫੜ ਲਏ ਗਏ ਨੇ। ਜਿਹੜਾ ਇੱਕ ਇਸ 'ਚ ਬੈਂਕ ਅਕਾਊਂਟ ਵੀ ਪਿਕਚਰ 'ਚ ਆਇਆ ਹੈਗਾ ਜਿਹੜਾ ਕਿ ਯੂਕੋ ਬੈਂਕ ਦਾ ਹੈਗਾ, ਅੱਜ ਬੈਂਕਾਂ 'ਚ ਛੁੱਟੀ ਹੋਣ ਕਰਕੇ ਉਹ ਸਾਨੂੰ ਨਹੀਂ ਟਰੇਸ ਹੋ ਸਕਿਆ, ਉਹ ਮੰਡੇ ਨੂੰ ਸਾਨੂੰ ਪਤਾ ਲੱਗ ਜਾਏਗਾ, ਉਸ ਤੋਂ ਬੰਦਾ ਵੀ ਟਰੇਸ ਹੋ ਜਾਏਗਾ ਵੀ ਕਿਹਨੇ ਇਹ ਸਾਜਿਸ਼ ਦੇ ਪਿੱਛੇ ਹੋਰ ਕੌਣ ਹੈ। ਸਰ ਤੁਹਾਡੇ ਕੋਲ ਇਹ ਮਾਮਲਾ ਕਿਸ ਤਰ੍ਹਾਂ ਆਇਆ? ਸਾਡੇ ਕੋਲ ਜਸਲੀਨ ਕੌਰ ਨੇ ਅਪਰੋਚ ਕੀਤਾ, ਉਹ ਕੱਲ ਰਾਤ ਸਾਡੇ ਕੋਲ SHO ਸਾਹਿਬ ਨੂੰ ਮਿਲੀ, ਉਹਨੇ ਦੱਸਿਆ ਵੀ ਐਂ ਕਰਕੇ ਮੈਨੂੰ 92 ਵਾਲਾ ਇੱਕ ਨੰਬਰ ਹੈਗਾ ਜੋ ਕਿ ਵਰਚੁਅਲ ਨੰਬਰ ਸੀਗਾ। ਵਰਚੁਅਲ ਨੰਬਰ ਤੁਸੀਂ ਸਮਝਦੇ ਹੋ, ਇੱਕ ਤਾਂ ਨੰਬਰ ਹੁੰਦਾ ਹੈ ਕਿ ਸਿਮ ਵਾਲਾ ਨੰਬਰ, ਉਹ ਸਿਮ ਵਾਲਾ ਨੰਬਰ ਸੀ ਨਹੀਂ, ਉਹ ਜਨਰੇਟਡ ਨੰਬਰ ਸੀਗਾ। ਸੋਫਟਵੇਅਰ ਹੈਗੇ ਨੇ ਸੈਕਿੰਡ ਲਾਈਨ ਜਾਂ ਕੁਛ ਇਹੋ ਜਿਹੇ ਸੋਫਟਵੇਅਰ ਜਿਹਨਾਂ ਤੋਂ ਇਹੋ ਜਿਹੇ ਨੰਬਰ ਬਣ ਜਾਂਦੇ ਨੇ, ਉਹ ਨੰਬਰ ਸੀਗਾ ਉਸ ਟਾਈਪ ਦੇ ਨੰਬਰ ਤੋਂ, ਕਿਉਂਕਿ ਵਟਸਐਪ ਕਾਲ ਹੋਈ ਸੀ, ਨੋਰਮਲ ਕਾਲ ਨਹੀਂ ਸੀਗੀ। ਇਸ ਕਰਕੇ ਉਸ ਵਰਚੁਅਲ ਨੰਬਰ ਤੇ ਫਿਰ ਉਸ ਤੋਂ ਬਾਅਦ ਫੜੇ ਤਾਂ ਗਏ ਕਿਉਂਕਿ ਉੱਥੇ ਜਿਹੜਾ ਨੰਬਰ ਯੂਜ਼ ਹੋਇਆ ਉਹ ਕੇਵਲ ਸਿੰਘ ਦੇ ਬੇਟੇ ਦਾ ਨੰਬਰ ਯੂਜ਼ ਹੋਇਆ, ਜਿਸ 'ਤੇ ਇਹਨਾਂ ਨੇ ਕਾਨਫਰੰਸ ਕਾਲ, ਕਿਉਂਕਿ ਉਹ ਬੰਦਾ ਤੀਸਰੀ ਜਗ੍ਹਾ 'ਤੇ ਬੈਠਾ ਸੀ 92 ਵਾਲਾ ਨੰਬਰ, ਪਰ ਉਹਨੇ ਇਹਨੂੰ ਕਾਨਫਰੰਸ 'ਤੇ ਲੈ ਕੇ ਇਹਨਾਂ ਨੂੰ ਫਿਰ ਇਹ ਵੀਡੀਓਜ਼ ਭੇਜੀਆਂ ਸਾਰੀਆਂ ਅਤੇ ਧਮਕੀਆਂ ਵੀ ਦਿੱਤੀਆਂ ਉਹਨਾਂ ਦੀ ਹਾਜ਼ਰੀ, ਤਾਂ ਜਾ ਕੇ ਫਿਰ ਜਸਲੀਨ ਕੌਰ ਸਾਨੂੰ ਮਿਲੀ। ਜਸਲੀਨ ਕੌਰ ਨੇ ਜਦੋਂ ਸਾਨੂੰ ਨੰਬਰ ਦੱਸਿਆ ਤਾਂ ਫਿਰ ਸਾਡੀ ਨੌਲੇਜ 'ਚ
ਜਿਹੜਾ ਦੂਸਰਾ ਕੋਟਕਪੂਰੇ ਵਾਲੇ ਬੰਦੇ ਦਾ ਨੰਬਰ ਆ ਗਿਆ ਸੀਗਾ ਉੱਥੋਂ ਫਿਰ ਅਸੀਂ ਇਹ ਟਰੇਸ ਕੀਤੀ। ਸਰ ਕੌਣ ਕੌਣ ਇਨਵੋਲਵ ਸਰ ਨੇ ਇਹਦੇ ਵਿੱਚ? ਇਹਦੇ ਵਿੱਚ ਹਾਲੀ ਕੜੀ ਜਿਹੜੀ ਹੈਗੀ ਹੈ ਰਾਜਵੀਰ ਕੌਰ ਜਿਹੜੀ ਮੇਨ ਮਤਲਬ ਜਿਹਨੇ ਡਰਾਮਾ ਕੀਤਾ ਸਾਰਾ, ਤੇ ਗੁਰਵਿੰਦਰ ਸਿੰਘ ਜਿਹਨੇ ਉਹਦੀਆਂ ਇਹੋ ਜਿਹਾ ਡਰਾਮਾ ਕਰਦੇ ਦੀਆਂ ਫੋਟੋਆਂ ਬਣਾਈਆਂ, ਤੇ ਉਸ ਤੋਂ ਬਾਅਦ ਇਹਦੇ ਵਿੱਚ ਗੁਰਵਿੰਦਰ ਸਿੰਘ ਤੇ ਰਾਜਵੀਰ ਕੌਰ ਦੀ ਤਾਂ ਗ੍ਰਿਫਤਾਰੀ ਪਾ ਦਿੱਤੀ ਗਈ ਹੈ, ਬਾਕੀ ਜਿਹੜੇ ਦੋਸ਼ੀ ਨੇ ਹਜੇ ਫਰਾਰ ਨੇ, ਜਿਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਪੂਰੀ ਸੱਚਾਈ ਸਾਹਮਣੇ ਆਏਗੀ। ਤੇ ਜਿਹੜਾ ਇਹ ਬੰਦਾ ਹੈਗਾ ਆਪਣਾ 92 ਵਾਲਾ ਜਿਹੜਾ ਰਾਹੁਲ ਆਪਦੇ ਆਪ ਨੂੰ ਕਹਿੰਦਾ ਹੈਗਾ, ਇਹਨੂੰ ਵੀ ਕਾਬੂ ਕਰਕੇ, ਕਿਉਂਕਿ ਇਹ ਕਾਬੂ ਆ ਜਾਏਗਾ, ਇਹਦੇ ਬੈਂਕ ਅਕਾਊਂਟ ਸਾਡੇ ਕੋਲ ਹੈਗਾ, ਇਸ ਕਰਕੇ ਕਾਬੂ ਆ ਜਾਏਗਾ। ਕਿਸ ਤਰ੍ਹਾਂ ਦੇ ਅਧੀਨ ਜਿਹੜਾ ਇਹਨਾਂ ਦੇ ਜੈਸਲੀਨ ਵਗੈਰਾ ਦੇ ਆਪਸ ਸੰਬੰਧ ਕੀ ਹੈ? ਜਿਹੜੀ ਇਹ ਆਪਣਾ ਜਸਲੀਨ ਹੈ ਰਾਜਵੀਰ ਦੀ ਮਾਤਾ ਹੈ, ਉੱਥੇ ਇਹਦੇ ਹਸਬੈਂਡ ਦੀ ਡੈਥ ਹੋਈ ਹੈ, ਮਤਲਬ ਜਸਲੀਨ ਦੇ ਫਾਦਰ ਦੀ ਡੈਥ ਹੋਈ ਹੈ, ਇਸ ਕਰਕੇ ਇਹ ਇੱਥੇ ਰਹਿ ਰਹੀ ਹੈ ਆਪਣੇ ਲੜਕੀ ਦੇ ਸਹੁਰੇ ਘਰ ਰਹੀ। ਕਿਹੜੀ ਧਾਰਾ ਦੇ ਅਧੀਨ? 387 ਜਿਹੜੀ ਕਿ ਮਾਰ ਦੇਣ ਦੀ ਧਮਕੀ ਦੇ ਕੇ ਪੈਸੇ ਉਗਰਾਉਣਾ, ਉਹ 387 120B 506 ਜਿਹੜੀ ਕਿ ਧਮਕੀ ਦੇਣਾ, ਮਾਰਨ ਦੀ ਧਮਕੀ ਦੇਣਾ, ਉਹਦੇ ਤਹਿਤ ਪਰਚਾ ਦਰਜ। ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੀ ਹੁੰਦੀਆਂ ਰਹਿੰਦੀਆਂ ਨੇ, ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹੋ ਜਿਹੇ ਲੋਕਾਂ ਨੂੰ? ਮਤਲਬ ਹੁੰਦੀਆਂ ਤਾਂ ਰਹਿੰਦੀਆਂ ਨੇ ਪਰ ਫੜੇ ਵੀ ਜਾਂਦੇ ਨੇ, ਇਸ ਤੋਂ ਇਹੀ ਸਾਬਤ ਹੁੰਦਾ ਹੈ ਵੀ ਬੰਦਾ ਕੋਈ ਨਾ ਕੋਈ ਗਲਤੀ ਕਰਦਾ ਹੈਗਾ, ਫੜਿਆ ਜਾਂਦਾ ਹੈ। ਇਹ ਤਾਂ ਅਸਲ ਮਤਲਬ ਟੱਚ ਵੁੱਡ ਅਸਲੀ ਘਟਨਾ ਨਹੀਂ ਸੀ, ਇੱਕ ਡਰਾਮਾ ਹੀ ਕੀਤਾ ਗਿਆ ਸੀ, ਪਰ ਜੇ ਅਸਲੀ ਵੀ ਹੋਵੇ ਤਾਂ ਵੀ ਅਸੀਂ ਮਤਲਬ ਪੂਰੀ ਮੁਸਤੈਦੀ ਨਾਲ ਕੰਮ ਕਰਦੇ ਹਾਂ।